ਉਸ ਕਾਂ ਦੀ ਲੱਤ ਤੋੜ। ਹੁਣ ਤੋੜ ਕੇ ਆਉਂਦਾ। ਤੂੰ ਹੈਲੋ ਚਾਦੀ। ਹਾਂ ਯਾਰ, ਕੀ ਹਾਲ ਆ ਤੇਰਾ? ਆਪਣੀ ਅਜੇ ਇੱਕ ਬੰਦੇ ਵੱਲ ਦਾਵਤ ਆ, ਸਾਲਣ ਬੜਾ ਮਜ਼ੇਦਾਰ ਪੱਕਾ। ਆਲੂ ਪੱਕੇ ਆ, ਗੋਂਗਲੂ ਪੱਕੇ ਆ ਤੇ ਹੋਰ ਕਰੇਲੇ ਵੀ ਆ। ਹਾਂ ਫੇਰ ਮਿੱਠੇ ਕਰੇਲੇ ਵੀ ਪੱਕੇ ਆ ਤੇਰੇ ਪਸੰਦੀਦਾ, ਛੇਤੀ ਛੇਤੀ ਆਇਆ ਬਸ। ਕਲੋਜੋ, ਅਸੀਂ ਤੇ ਨੀ ਕਿਸੇ ਦੀ ਵੀ ਦਾਵਤ ਕੀਤੀ। ਓਏ ਤੈਨੂੰ ਨੀ ਪਤਾ ਯਾਰ, ਅਸੀਂ ਬਾਬੇ ਦੇ ਮਰੀਜ਼ ਆ। ਬਾਬੇ ਨੇ ਕਿਹਾ ਸੀ ਤਵੀਜ਼ ਲੈ ਜਿਓ ਤੇ ਨਾਲੇ ਦਾਵਤ ਖਾ ਜਿਓ ਮੇਰੇ ਵੱਲੋਂ। ਬਾਬਾ ਜੀ ਉਹ ਕਹਿੰਦੇ ਅਸੀਂ ਤੁਹਾਡੇ ਮਰੀਜ਼ ਆ, ਤੁਸੀਂ ਦਾਵਤ ਕੀਤੀ ਸਾਡੀ। ਹਾਂ ਮੇਰੇ ਮਰੀਜ਼ ਆ। ਹਾਂ ਮੇਰੇ ਮਰੀਜ਼ ਕਿੱਥੋਂ ਆ ਗਏ? ਉਡਾ ਉਡਾ ਪਾਜਾ ਇੱਥੋਂ ਦਾ ਪਾਜਾ। ਕੀ ਇਹਨਾਂ ਨੇ ਤੰਗ ਕੀਤਾ? ਓਏ ਇਸ਼ ਉੜ। ਉਰੇ ਲਿਆ ਪੁਰ ਜਾਂ ਜੱਡ। ਜਵਾਨੀ ਚ ਦੰਦ ਤੜਵਾ ਲੇ ਕੁੱਤਿਆ, ਕਿਵੇਂ ਗੱਲੇ ਚੁੱਪੇਗਾ ਦੱਸ ਮੈਨੂੰ। ਖਲੋਈਆ ਮੇਰੀ ਗੱਲ ਸੁਣ ਲੈ, ਇੱਕ ਵਾਰੀ ਮੇਰੀ ਗੱਲ ਸੁਣ ਲੈ ਵੇ ਤੱਤਿਆ, ਤੇਰੇ ਵੀ ਸੀਨੇ ਚ ਦਿਲ ਹੋਏਗਾ। ਜੇ ਮੈਂ ਮਰ ਗਿਆ ਮੈਂ ਤੇ ਜਾਊਂਗਾ ਜੰਨਤ ਦੇ ਵਿੱਚ, ਤੇ ਤੂੰ ਤੂੰ ਜਾਏਗਾ ਸਿੱਧਾ ਅਜ਼ਾਬ ਦੇ ਵਿੱਚ, ਜਹੰਨਮ ਚ ਜਾਏਗਾ ਜਹੰਨਮ ਚ, ਤੇ ਮੈਂ ਜੰਨਤ ਚ ਤੈਨੂੰ ਬਹਿ ਕੇ ਗੱਲ ਕੱਢਾਂਗਾ। ਲੱਗਦਾ ਵਾ ਇਹਨੇ ਸੱਚੀ ਮੁੱਚੀ ਦੋ ਦੱਤੀ ਜਾਣਾ ਵਾ। ਉਹ ਵੱਡਾ ਮੂੰਹ ਆ ਗਿਆ ਜੇ। ਇੱਧਰ ਧਿਆਨ ਮਾਰ, ਇੱਧਰ ਮੂੰਹ ਪਾਵੀ ਕਰਨਾ, ਤੈਨੂੰ ਮੈਂ ਫਿਲਮ ਵਿਖਾਵਾਂ। ਮਾਮਾ ਬਿਜਲੀ ਦਾ ਬਿੱਲ ਦਿੱਤਾ, ਮਾਦੀ ਕਿੱਥੇ ਤੂੰ? ਹੋਏ
ਕੁਲਫੀਆਂ ਮੰਗਾਈ ਜਾਓ, ਫੇਰ ਨਾ ਕਹਿਣਾ ਮਾਦੀ ਕੁਲਫੀਆਂ ਵਾਲਾ ਚਲਾ ਗਿਆ। ਰੁਪਈਏ ਵਾਲੀ ਹੈਗੀ ਕੁਲਫੀ ਲਾਲ ਰੰਗ ਦੀ, ਐਲਾ ਲਾਲ ਰੰਗ ਦੀ ਕੁਲਫੀ ਐਲਾ। ਅਸੀਂ ਤੁਹਾਡੇ ਨਾਲ ਦੋਸਤੀ ਕਰਨਾ ਚਾਹੁੰਦੇ ਹਾਂ, ਤੁਹਾਡੇ ਨਾਲ ਦੋਸਤੀ ਕਰ ਲੋ, ਚਗੜਾ ਮਕਾਓ ਤੇ ਖਾਓ। ਆਓ ਮਿਹਰਬਾਨੀ, ਸਾਨੂੰ ਭਾਕ ਲੱਗੇ ਨੇ। ਕਿਸੇ ਲਈ ਟੋਇਆ ਕਰਦਾ ਵਾ, ਕੋਚੀ ਉੱਚੀ ਜਾ ਡਿੱਗਦਾ ਵਾ।